घर से काम पर जा रहे एक युवक पर तीन युवकों ने पुरानी रंजिश के चलते हमला कर दिया। मामला ग्रामीण थाना जंडियाला के अंतर्गत दीपा मंडी से सामने आया है, जहां घर से काम पर जा रहे विशाल पर कुछ युवकों ने तेजधार हथियार से हमला कर दिया। शिकायत दर्ज कराकर न्याय की मांग की जा रही है और पुलिस मामले की जांच कर रही है। इस मामले में पीड़ित युवक विशाल और उसके परिजनों ने बताया कि उनका बेटा विशाल घर से काम पर जा रहा था, तभी रेलवे फाटक पर पहले से बैठे तीन युवकों ने उस पर कट्टे से हमला कर दिया, जिससे वह गंभीर रूप से घायल हो गया। उसके पीछे आ रहे चाचा ने तुरंत उसे अस्पताल में भर्ती कराया। जंडियाला गुरु से कवलजीत सिंह लड़ी की रिपोर्ट। ਪੁਰਾਣੀ ਪੁਰਾਣੀ ਹੋ ਗਈ ਜਿਹੜੀ ਗੱਲ ਵੀ ਤੇ ਇਹਨਾਂ ਨੇ ਫੇਰ ਪਾਣੀ ਕਾਹਤੋਂ ਏਦਾਂ ਕੋਈ ਗੱਲਬਾਤ ਨਹੀਂ ਹੈਗੀ ਹੁਣ ਵੀ ਇਹਨਾਂ ਜਾਣ ਕੇ ਮਾਰੇ ਆ। ਇਹ ਬਹਾਨੇ ਬਣਾਉਂਦੇ ਆ ਵੀ ਕਹਿੰਦੇ ਤੂੰ ਸਾਡੀ ਕੁੜੀ ਛੇੜੀ ਏਦਾਂ ਆਉਂਦਾ ਵਾ, ਜਦੋਂ ਵੀ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਕੁੜੀ ਨੂੰ ਅੱਗੇ ਕਰ ਦਿੰਦੇ ਆ। ਪਿੰਡ ਕਿਹੜਾ ਤੁਹਾਡਾ? ਪਿੰਡ ਭੰਗਵਾਂ। ਤੇ ਅੱਗੇ ਪਹਿਲਾਂ ਵੀ ਕਦੇ ਗੱਲ ਪਏ? ਹਾਂਜੀ ਪਹਿਲੇ ਵੀ ਪਏ, ਦਰਖਾਸਤ ਵੀ ਦਿੱਤੀ, ਦਰਖਾਸਤ ਵੀ ਦਿੱਤੀ ਤੇ ਜੰਡਿਆਲਾ ਦੇ ਕੇ ਆਏ। ਹੁਣ ਪਹਿਲੇ ਗਹਿਰੀ ਦਿੱਤੀ, ਗਹਿਰੀ ਕਿਸੇ ਨੇ ਸੁਣੀ ਨਹੀਂ, ਹੁਣ ਕੰਪਲੇਨ ਕੀਤੀ ਹੈ। ਹਾਂਜੀ ਹੁਣ ਕੀਤੀ ਹੈ। ਕਿੱਥੋਂ ਕਿੱਥੇ ਜਾ ਰਹੇ? ਹਾਂਜੀ ਕਿੱਧਰ ਜਾ ਰਹੇ ਸੀ? ਹਾਂਜੀ ਹੁਣ ਅਸੀਂ ਕੰਮ ਤੇ ਜਾ ਰਹੇ ਹਾਂ। ਰੋਟੀ ਖੋਲ ਮਾਨਾ ਵਾਲੇ ਮੁੰਡੇ ਕਿੱਥੋਂ ਦੇ ਸੀ? ਮੁੰਡੇ ਸਾਡੇ ਪਿੰਡ ਦਾ, ਇੱਕ ਤੇ ਦੋ ਗਹਿਰੀ ਦੇ। ਅੱਛਾ, ਦੋ ਉਹਨਾਂ ਨੂੰ ਸੱਤ ਗਹਿਰੀ। ਕੀ ਨਾਮ ਉਹਨਾਂ? ਉਹਨਾਂ ਦਾ ਨਾਮ ਤੋਂ ਪੜ੍ਹ ਲਈ, ਇੱਕ ਦਾ ਨਾਮ ਮਨੀਸ਼ ਆ, ਸ਼ਨੀ। ਹਾਂਜੀ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ? ਨਹੀਂ ਨਹੀਂ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਇਹ ਕਰਦੇ ਆ ਵੀ ਇਹਨਾਂ 307 ਦਾ ਪਰਚਾ ਦਿੱਤਾ ਜਾਵੇ ਇਹਨਾਂ ਤੇ ਦਾਦਾ, ਤੇ ਜਿੱਦਾਂ ਮੰਨ ਲਓ ਹੁਣ ਕੰਮ ਤੇ ਜਾਣ ਦੇ, ਜੇ ਨਾ ਕੋਈ ਮੇਰਾ ਘਰ ਦਾ ਮੈਂਬਰ ਹੁੰਦਾ ਤੇ ਇਹਨਾਂ ਤੇ ਜਾਨੋਂ ਮਾਰ ਦੇਣਾ ਬੰਦਾ। ਸੱਜਣ ਸਿੰਘ, ਕੀ ਕਾਰਨ ਹੋਇਆ? ਕਾਰਨ ਇਹ, ਉੱਥੇ ਦਵਾਈ ਲੈਣ ਜਾਂਦੇ ਤੇ ਸਕਿਉਰਿਟੀ ਇਹਨਾਂ ਦੇ ਕੋਲ ਹੈ, ਕੰਮ ਤੇ ਜਾਂਦੇ ਤੇ ਰੱਬੀ ਬਾਬਾ ਘੁੰਮ ਕੇ ਵੇਖਿਆ ਤੇ ਤਰਪਾਨਾਂ ਨਾਲ ਮਾਰਦੇ ਇਹਦੇ, ਤੇ ਉਹਨੂੰ ਮੈਂ ਮੁੰਡੇ ਨੂੰ ਜੱਫਾ ਭਰਦਾ ਵਾ ਮਗਰ ਸ਼ਨੀ ਨੂੰ, ਤੇ ਦੂਜੇ ਮੁੰਡੇ ਨੇ ਦਫ਼ਤਰ ਮਾਰਦੇ ਤੇ। ਕਿਹੜੀ ਜਗ੍ਹਾ 'ਤੇ ਕਿਰਪਾਨਾਂ ਵੱਜੀਆਂ? ਇਹ ਤਿੰਨ ਚਾਰ ਬੰਦੇ ਹੈਗੇ, ਦੋ ਪਿੱਛੇ ਖਲੋਤੇ ਤੇ ਦੋ ਮਾਰ ਗਏ। ਤੁਸੀਂ ਮੌਕੇ 'ਤੇ ਸੀ ਉੱਥੇ? ਹਾਂਜੀ ਮੌਕੇ 'ਤੇ ਮੈਂ। ਦੋ ਕਿੰਨੇ ਬੰਦੇ ਸੀ? ਬੰਦੇ ਚਾਰ ਸੀ ਉਹ। ਅੱਛਾ, ਦੋ ਪਿੱਛੇ ਖਲੋਤੇ, ਦੋ ਇੱਕ ਨੂੰ ਫੜ ਲਿਆ ਕਿਰਪਾਨ ਨੇ, ਇਹ ਤਾਂ ਮੁੰਡਾ ਮਾਰਦੇ ਨੇ। ਭਾਜੀ ਆਪਣਾ ਗੱਜਣ ਸਿੰਘ, ਕੀ ਗੱਲ ਹੋਈ ਤੁਹਾਡੇ ਲੜਕੇ ਨੂੰ ਜਿਹੜੀਆਂ ਸੱਟਾਂ ਲਗਾਈਆਂ ਗਈਆਂ, ਕਿਸ ਕਾਰਨ ਲਗਾਈਆਂ? ਕੋਈ ਗੱਲਬਾਤ ਨਹੀਂ ਪਹਿਲਾਂ, ਮੈਨੂੰ ਧਮਕੀ ਦਿੱਤੀ ਦੋ ਚਾਰ ਦਿਨ ਪਹਿਲਾਂ, ਕਿੱਥੇ ਵੇਖਣਾ ਵੇਖਦੇ ਅਤੇ ਮੈਂ ਕਿਹਾ ਚੱਲ ਗਵਾਂਢ ਮੱਥਾ ਚੱਲ ਰਹਿਣ ਦਿੰਦੇ ਹਾਂ, ਅਤੇ ਇਹਨਾਂ ਨੇ ਫਿਰ ਹੁਣ ਮੈਂ ਸਵੇਰ ਸਵੇਰ ਜਾਣ ਡਿਆ ਆਪਣੇ ਕੰਮ 'ਤੇ ਅਤੇ ਮੇਰਾ ਮੁੰਡਾ ਜਾਂਦਾ ਵਾ 9 ਵਜੇ, ਇਹਨਾਂ ਮਗਰੋਂ ਦਾਤਰ ਮਾਰੇ ਆ। ਕਿਹੜੀ ਜਗ੍ਹਾ 'ਤੇ ਦਾਤਰ ਮਾਰੇ? ਕੋਈ ਗੱਲਬਾਤ ਨਹੀਂ ਹੋਈ ਪੁਰਾਣੀ, ਕੋਈ ਗੱਲਬਾਤ ਹੀ ਕਰੀ ਨਿਬਰ ਗਈ ਸੀ, ਹੁਣ ਇਹਨਾਂ ਨੇ ਜਾਣ ਕੇ ਮਾਰੇ ਆ ਜਾਣ ਬੁੱਝ ਕੇ, ਅਤੇ ਇਹੋ ਗੱਲ ਹੋਈ ਆ ਬਸ। ਮੈਂ ਸਾਨੂੰ ਇੱਕ ਗੁਆਂਢੀ ਆ ਸਾਡਾ, ਇੱਕ ਸੰਨੀ ਕੋਲ ਆਉਂਦੇ ਆ ਅਤੇ ਦੋ ਹੋਰ ਆ ਗੈਰੀ ਦੇ। ਬਸ ਸੱਟਾਂ ਕਿਹੜੀ ਜਗ੍ਹਾ 'ਤੇ ਲਾਈਆਂ? ਫਾਟਕ ਦੇ ਉੱਤੇ ਲਾਈਆਂ, ਗੈਰੀ ਮੰਡੀ ਵਾਲੇ ਦੇ। ਹਾਂਜੀ ਇੱਕ ਲੱਤ 'ਤੇ ਲੱਗੀ ਆ, ਇੱਕ ਦੇ ਹੋਵੇ ਤਾਂ ਪਿੱਛੇ ਲਾਈ ਆ। ਕਿਸ ਚੀਜ਼ ਨਾਲ ਲੱਗੀ? ਹਾਂਜੀ ਕਿਸ ਚੀਜ਼ ਨਾਲ ਲੱਗੀ? ਡਾਕਟਰ ਮਾਰੇ ਆ। ਹਾਂਜੀ ਕੀ ਮੰਗ ਕਰਦੇ? ਅਸੀਂ ਕੀ ਮੰਗ ਮਾਰਦੇ, ਜਿਵੇਂ ਪਰਚਾ ਪੁਰਚਾ ਹੋਵੇ, ਇਹਨੇ ਦੋ ਤਿੰਨ ਚਾਰ ਵਾਰੀ ਦੇ ਕੇ ਧਮਕੀ ਦਿੱਤੀ ਸਾਨੂੰ, ਇਹਨਾਂ ਦਾ ਮੁੰਡਾ ਛੱਡਣਾ ਨਹੀਂ ਅਸੀਂ, ਅਤੇ ਹੁਣ ਚੁਬਾਰੇ ਇਹ ਮੁੰਡੇ ਤੋਂ ਆਖਣ ਜਾਂਦੇ ਆ, ਇਹਨਾਂ ਇਹਦਾ ਵੀ ਟਾਈਮ ਪਾਉਣਾ ਵਾ ਭਰੇਵੇਂ ਮੇਰੇ ਦਾ। ਸਰ ਗਹਿਰੀ ਮੰਡੀ ਰੇਲਵੇ ਫਾਟਕ ਦੇ ਮੁੰਡੇ ਨੂੰ ਦਾਖਲ ਕਰਦੇ ਆ, ਅਤੇ ਕੀ ਮਾਮਲਾ ਹੈ?
ਇਹ ਵਿਸ਼ਾਲ ਨਾਂ ਦਾ ਲੜਕਾ ਭਗਵਾਨ ਦਾ, ਇਹ ਆਪਣੇ ਰਿਸ਼ਤੇਦਾਰ ਨਾਲ ਅੰਮ੍ਰਿਤਸਰ ਦੇ ਕੰਮ 'ਤੇ ਜਾ ਰਿਹਾ ਸੀ ਅਤੇ ਫਾਟਕ 'ਤੇ ਸਨੀ ਜੀਪੂ ਅਤੇ ਸੁਖ ਭੰਗਾ ਦੇ ਅਤੇ ਡੇਰੀ ਗਿਆ ਅਤੇ ਇੱਕ ਇਹਨਾਂ ਦਾ ਹੋਰ ਹੀ ਅੰਮ੍ਰਿਤਸਰ ਦਾ ਲੜਕਾ, ਇਹ ਆਪਸ ਨੂੰ ਇੱਥੇ ਲੰਘਣ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਅਤੇ ਉਹਦੇ ਝਗੜਾ ਹੋ ਗਿਆ, ਝਗੜਾ ਹੋ ਕੇ ਅਤੇ ਸੱਟ ਲੱਗੀ ਆ, ਐਡਮਿਟ ਇਲਾਜ 'ਤੇ ਜਾਂ ਠੀਕ ਆ ਉਹ, ਅਤੇ ਮੈਂ ਆਪਣਾ ਤਫਤੀਸ਼ੀ ਭੇਜਿਆ ਮੈਡੀਕਲ ਦੇ ਆਧਾਰ 'ਤੇ, ਜਿਹੜੀ ਬਣਦੀ ਕਰ ਰਹੀ ਉਹਨੂੰ ਨਹੀਂ ਕਰ ਰਹੀ। ਸਰ ਕੋਈ ਪੁਰਾਣੀ ਦੁਸ਼ਮਣ ਅਜੇ ਤੱਕ ਸਾਹਮਣੇ ਨਹੀਂ ਆਈ, ਜਦੋਂ ਇਹਦਾ ਕੰਪਲੇਂਟ ਕੀ ਕਹਿੰਦਾ ਉਹਦੇ ਤੋਂ ਪਤਾ ਲੱਗੇਗਾ। ਸਰ ਪੁਲਿਸ ਦੀ ਇੰਨੀ ਚੌਕਸੀ ਵਧਣ ਦੇ ਬਾਵਜੂਦ ਵੀ ਜਿਹੜੇ ਗਲਤ ਅੰਸਰ ਬਾਜ਼ ਨਹੀਂ ਆ ਰਹੇ, ਕੀ ਕਹਿਣਾ ਚਾਹੀਦਾ? ਕਿਉਂਕਿ ਕਈ ਵੇਲੇ ਕਈਆਂ ਦੀਆਂ ਗਲੀ ਗੁਆਂਢ ਨਿੱਜੀ ਲੜਾਈਆਂ ਹੁੰਦੀਆਂ, ਜਿਹੜੀ ਵਿੱਚ ਕੇ ਲੜਾਈ ਹੋਣ ਵਾਲੀ ਆ ਉਹ ਨਹੀਂ ਹੈ, ਅਤੇ ਛੋਟੇ ਛੋਟੇ ਕਾਰਨਾਂ ਤੋਂ ਲੋਕ ਭੜਕਦੇ ਆ, ਇਹਨਾਂ ਨੂੰ ਨਹੀਂ ਅਜਿਹਾ ਕਰਨਾ ਚਾਹੀਦਾ। ਅੱਗੇ ਮੁਸ਼ਕਲਾਂ ਪ੍ਰੋਬਲਮ ਆ ਪਿੰਡ ਦੀ ਪੰਚਾਇਤ ਨੂੰ ਦੱਸ ਸਕਦੇ ਆ, ਸਾਡੇ ਤੱਕ ਪਹੁੰਚ ਕਰ ਸਕਦੇ ਆ, ਤਾਂ ਜੋ ਛੋਟੇ ਮੁੰਡੇ ਇਹਨਾਂ ਦੇ ਮਸਲੇ ਹੱਲ।